ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਲਵਾਰਿਸ਼ ਪੇਸ਼ੈਂਟ ਜੋ ਕਿ ਮਾਰਕੀਟ ਦੇ ਕੂੜੇ ਦੇ ਢੇਰ ਦੇ ਸਾਹਮਣੇ ਬਹੁਤ ਹੀ ਬੁਰੀ ਹਾਲਤ ਵਿੱਚ ਪਿਆ ਹੈ, ਅਤੇ ਆਈਡੀਆ ਮਾਰਕੀਟ ਦੇ ਦੁਕਾਨਦਾਰ ਨੇ ਪਿੰਗਲਵਾੜਾ ਸੰਸਥਾ ਵਿੱਚ ਲੈਟਰ ਦੇ ਗਿਆ ਹੈ। ਸਾਡੀ ਟੀਮ ਹੁਣੇ ਨੇ ਪੇਸ਼ੈਂਟ ਨੂੰ ਵੇਖਣ ਆਈ ਆ, ਅਤੇ ਪੇਸ਼ੈਂਟ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈਗਾ ਹੈ। ਪੈਰ 'ਤੇ ਪੂਰਾ ਜ਼ਖਮ ਹੋਇਆ ਹੈ, ਕੀੜੇ ਪਏ ਨੇ, ਬਾਂਹ ਇੱਕ ਕੱਟੀ ਹੋਈ ਹੈ। ਹੋਰ ਆਪਾਂ ਆਪਣਾ ਮਰੀਜ਼ ਨਾਲ ਕੋਈ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਇਹਨਾਂ ਨੂੰ ਕਿੱਥੋਂ ਆਏ ਨੇ। ਕਿਆ ਨਾਮ ਹੈ ਬਾਜੀ ਆਪਕਾ? ਮੇਰਾ ਨਾਮ ਹੈ ਵਿਜੇ ਕੁਮਾਰ ਆਹੂਜਾ। ਵਿਜੇ ਕੁਮਾਰ, ਆਹ ਕਿੱਦਾਂ ਹੋਇਆ ਪੈਰ 'ਤੇ ਜ਼ਖਮ? ਇਹ ਹੁਣ ਹੀ ਹੋਇਆ। ਹਾਂਜੀ, ਮਹੀਨੇ ਤੋਂ ਉੱਤੇ ਹੋ ਗਿਆ ਥੋੜ੍ਹਾ ਜਿਹਾ। ਕਿੱਥੋਂ ਦੇ ਰਹਿਣੇ ਵਾਲੇ ਹੋ ਤੁਸੀਂ? ਹਰਿਆਣਾ। ਹਰਿਆਣਾ, ਆਹੋ। ਇੱਥੇ ਕਿੱਦਾਂ ਆਏ ਅੰਮ੍ਰਿਤਸਰ? ਬਾਬਾ ਆਏਗਾ, ਬਿਖਾਰੀ। ਹਾਂਜੀ, ਬਿਖਾਰੀ ਹੈਗਾ। ਬਿਖਾਰੀ ਹੈਗਾ? ਬਿਖਾਰੀ, ਬਿਖਾਰੀ। ਬਿਖਾਰੀ ਹੋ? ਆਹੋ। ਠੀਕ ਠੀਕ ਹੈ ਜੀ। ਕਮਦਾ ਆਰਡਰ ਹੋ ਗਿਆ? ਪੈਰ ਦਾ ਇਲਾਜ ਕਰਵਾਉਣਾ? ਨਹੀਂ, ਰੱਬ ਦਾ ਆਰਡਰ ਹੋ ਗਿਆ ਮੈਨੂੰ, ਮੈਂ ਬਿਖਾਰੀ ਬਣ ਗਿਆ। ਔਰ ਰੱਬ ਦੇ ਆਰਡਰ ਦੇ ਹੀ ਬੋਲਦਾ ਮੈਂ, ਮੈਨੂੰ ਇਲਾਜ ਕਰਾਉਣਾ। ਇਲਾਜ ਕਰਵਾ ਦਈਏ ਤੁਹਾਡਾ? ਇਲਾਜ ਨਹੀਂ ਕਰਾਉਣਾ। ਕਿਉਂ? ਇਲਾਜ ਮੈਂ ਪਹਿਨੇ ਅਪਾਈ ਜਾਏਗਾ, ਹੋਰ ਅਪਾਈ ਹੋਵੇਗਾ। ਮਰੀਜ਼ ਦੀ ਦਿਮਾਗੀ ਹਾਲਤ ਹੀ ਮੈਨੂੰ ਠੀਕ ਨਹੀਂ ਲੱਗ ਰਹੀ, ਇਸ ਕਰਕੇ ਆਪਾਂ ਮਾਰਕੀਟ ਵਾਲਿਆਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਾਬੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਆਪਣਾ? ਮੇਰਾ ਨਾਮ ਸਰਵ ਸ਼ਰਮਾ ਜੀ। ਅੱਛਾ ਜੀ, ਇਹ ਕਦੋਂ ਦਾ ਪਿਆ ਪੇਸ਼ੈਂਟ ਇੱਥੇ? ਇਹਨੂੰ ਜੀ ਘੱਟੋ ਘੱਟ 10-12 ਦਿਨ ਹੋ ਹੀ ਗਏ ਆ ਜੀ। ਅੱਛਾ ਜੀ, ਅਤੇ ਕੀ ਕੰਡੀਸ਼ਨ ਹੈਗੀ ਉਹ? ਇਹਦੀ ਕੰਡੀਸ਼ਨ ਬਹੁਤ ਹੀ ਖਰਾਬ ਹੈ ਜੀ, ਜੋ ਹਾਲਤ ਦੇਖਣ 'ਚ ਲੱਗ ਰਹੀ ਹੈ ਤਾਂ ਪੈਰ ਬੜੀ ਬੁਰੀ ਹਾਲਤ 'ਚ ਦੇਖਿਆ ਵੀ ਨਹੀਂ ਜਾ ਰਿਹਾ। ਸੋ ਆਪ ਜੀ ਅੱਗੇ ਬੇਨਤੀ ਹੈ ਕਿ ਇਸਦਾ ਇਲਾਜ ਕਰਵਾਇਆ ਜਾਵੇ।